ਹਾਂਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ। ਤੇ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ। ਹੁਣ ਚੱਲਦੇ ਹਾਂ ਜੀ ਆਪਣੀ ਖਾਸ-ਖਾਸ ਅਪਡੇਟ ਦੇ ਉੱਪਰ। ਸਭ ਤੋਂ ਪਹਿਲਾਂ ਜਿਹੜੀ ਗੱਲ ਕਰ ਲਈਏ ਘਰਾਂ ਦੇ ਬਾਰੇ ਇਟਲੀ ਦੇ ਵਿੱਚ। ਇਟਲੀ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪ ਬਕਰਾਈ ਦੇ ਉੱਤੇ ਕਰ ਲੈਂਦੇ ਹਾਂ ਤੇ ਕੁਝ ਲੱਗ ਕੇ ਸ਼ਾਇਦ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਕਈਆਂ ਲੱਗਿਆਂ ਦੇ ਵਿੱਚ ਲੋਕ ਜਿਹੜੇ ਹਨ 100-150 ਰੁਪਈਆ ਯੂਰੋ ਦੀ ਆਪਾਂ ਗੱਲ ਕਰ ਰਹੇ ਹਾਂ ਸਪੈਸ਼ਲੀ ਮਕਾਨ ਕਿਰਾਏ ਤੇ ਲੈ ਕੇ ਰਹਿ ਰਹੇ ਹਨ ਏਰੀਆ ਜਿਹੜਾ ਹੈ ਜਿਹੜਾ ਇਹੋ ਜਿਹਾ ਹੁੰਦਾ ਹੈ ਕੁਝ ਇਲਾਕਿਆਂ ਵਿੱਚ ਘੱਟ ਤਨਖਾਹਾਂ ਮਿਲਦੀਆਂ ਹਨ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਇਲਾਕੇ ਇਹੋ ਜਿਹੇ ਹੁੰਦੇ ਹਨ ਜਿੱਦਾਂ ਕਿ ਕਈ ਪਿੰਡ ਜਿਹੜੇ ਬਹੁਤ ਪਿੱਛੇ ਚਲੇ ਜਾਂਦੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਹੁੰਦੇ ਹਨ ਉੱਥੇ ਘਰ ਤਕਰੀਬਨ 1.5 150 ਤੱਕ ਵੀ ਮਿਲਦੇ ਹਨ ਇਹ ਜਿਹੜੀ ਗੱਲ ਹੈ ਜੀ ਅੱਜ ਦੀ ਆਪਾਂ ਕਰ ਰਹੇ ਹਾਂ ਤੇ ਕਈ ਇਲਾਕੇ ਜੇ ਆਪਾਂ ਮਲਾਣ ਵਾਲੇ ਪਾਸੇ ਨੂੰ ਆ ਜੀਏ ਤੇ ਇਧਰਲੇ ਪਾਸੇ ਕੀ ਹੁੰਦਾ ਹੈ ਕਿ ਜਿਹੜੇ ਕਿਰਾਏਆਂ ਦੇ ਮਕਾਨ ਹਨ ਘੱਟ ਤੋਂ ਘੱਟ ਜਿਹੜਾ ਰੇਟ ਹੈ ਜੀ ਇਸ ਟਮ 500 ਜੂਰੋ ਦੇ ਕਰੀਬ ਚੱਲ ਰਿਹਾ ਹੈ ਉਹ ਬੰਦਾ ਖੁਸ਼ਕਿਸਮਤ ਹੁੰਦਾ ਹੈ ਜਿਸ ਨੂੰ ਕੋਈ ਤਕਰੀਬਨ 400 ਦੇ ਵਿੱਚ ਕੋਈ ਘਰ ਲੱਭ ਜਾਂਦਾ ਹੈ ਜੇ ਕੋਈ ਬੰਦਾ ਡੈਰੀ ਦੇ ਵਿੱਚ ਕੰਮ ਕਰ ਰਿਹਾ ਤਾਂ ਉਸ ਦੇ ਵਾਸਤੇ ਥੋੜਾ ਆਸਾਨ ਹੋ ਜਾਂਦਾ ਹੈ ਉਸ ਨੂੰ ਮਕਾਨ ਲੱਭਣ ਦੀ ਲੋੜ ਨਹੀਂ ਪੈਂਦੀ ਮਾਲਕ ਹੀ ਉਸ ਨੂੰ ਕੋਈ ਨਾ ਕੋਈ ਰੈਸ਼ ਜਿਹੜੀ ਦੇ ਦਿੰਦੇ ਹਨ ਤੇ ਉਹ ਵੀ ਜਿਹੜੀ ਰੈਸ਼ ਹੁੰਦੀ ਹੈ ਤਕਰੀਬਨ ਜ਼ਿਆਦਾਤਰ ਫਰੀ ਦੇ ਵਿੱਚ ਹੀ ਹੁੰਦੀ ਹੈ ਤੇ ਦੂਜੇ ਨੰਬਰ ਦੇ ਉੱਤੇ ਡੈਰੀ ਵਾਲੇ ਬੰਦੇ ਦਾ ਕੀ ਹੁੰਦਾ ਹੈ ਕਿ ਦੁੱਧ ਦਾ ਵੀ ਅੰਦਰੋਂ ਹੀ ਸਰ ਜਾਂਦਾ ਹੈ ਤੇ ਜਿਹੜਾ ਖਰਚਾ ਹੁੰਦਾ ਹੈ ਜੀ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਬਾਕੀ ਆਪਾਂ ਜਿਹੜੀ ਗੱਲ ਮੇਨ ਇਹ ਕਰਨੀ ਹੈ ਕਿ ਜੇ ਤੁਸੀਂ ਕਿਤੇ ਵੀ ਕੰਮ ਲੱਗੇ ਹੋ ਇਟਲੀ ਦੇ ਵਿੱਚ ਕੋਈ ਵੀ ਇਲਾਕਾ ਪਵੇ ਚਾਹੇ ਉਹ ਇਲਾਕਾ ਬੈਕਵਰਡ ਹੋਵੇ ਜਾਂ ਜਿਹੜਾ ਵਧੀਆ ਇਲਾਕਾ ਹੋਵੇ ਅਗਰ ਤੁਸੀਂ ਮਨ ਬਣਾ ਲਿਆ ਹੈ ਕਿ ਜਿਹੜਾ ਘਰ ਹੈ ਆਪਣਾ ਹੀ ਲੈਣਾ ਹੈ ਕਿਉਂਕਿ ਕਿਰਾਏ ਦੇ ਉੱਤੇ ਵੀ ਜਿਹੜੀ ਕਿਸ਼ਤ ਤੁਹਾਨੂੰ ਤਕਰੀਬਨ 500 ਯੂਰੋ ਦੇ ਵਿੱਚ ਘਰ ਲੱਭਦਾ ਹੈ ਤੇ ਉਸ ਤੋਂ ਬਾਅਦ ਸਪੀਜ਼ੇ ਕੁੰਡੂਮ ਨੇ ਅਲੀ ਵੀ ਪੈਂਦੇ ਹਨ ਤੇ ਹੋਰ ਵੀ ਬਿਜਲੀ ਦਾ ਬਿੱਲ ਵੱਖਰਾ ਗੈਸ ਦਾ ਬਿੱਲ ਵੱਖਰਾ ਤ੍ਰਿਬੂਤੀ ਜਿਹੜਾ ਵੱਖਰਾ ਹੁੰਦਾ ਹੈ ਜਿਸ ਨੂੰ ਕੂੜੇ ਦਾ ਬਿੱਲ ਕਿਹਾ ਜਾਂਦਾ ਹੈ ਤੇ ਕਈ ਵਾਰ ਵੀ ਸੋਚਦੇ ਹਨ ਕਿ ਕਿਉਂ ਨਾ ਆਪਣਾ ਹੀ ਘਰ ਲੈ ਲਿਆ ਤੇ ਥੀ ਇੱਕ ਚੀਜ਼ ਆ ਤੁਹਾਡੀ ਸ਼ੰਕਾ ਜਿਹੜੀ ਹੈ ਮੰਦੀ ਕੱਢ ਦਈਏ ਕਿ ਕਈ ਲੋਕ ਕਹਿੰਦੇ ਨੇ ਕਿ ਜ्यों ਹੀ 40 ਸਾਲ ਦੇ ਬੰਦੇ ਦੀ ਉਮਰ ਹੁੰਦੀ ਹੈ ਤੇ ਘਰ ਲੈਣ ਦੇ ਵਾਸਤੇ ਔਖਾ ਹੋ ਜਾਂਦਾ ਹੈ ਬੈਂਕਾਂ ਵਗੈਰਾ ਲੋਨ ਨਹੀਂ ਦਿੰਦੀਆਂ ਜੇ ਤੁਹਾਡੇ ਕੋਲ ਜਿਹੜਾ ਕੰਟਰੈਕਟ ਹੋਇਆ ਜਿੰਦੀ ਟਰਮੀਨਾਟੂ ਹੈ ਫਿਰ ਉਹ ਕੋ ਪ੍ਰਤੀਵਾ ਹੋਵੇ ਜਾਂ ਕੋਈ ਵੀ ਹੋਵੇ ਜਾਂ ਏਜੰਸੀ ਥਰੂ ਜਾਂ ਸਿੱਧਾ ਹੀ ਹੋਵੇ ਇਸ ਵਿੱਚ ਕੋਈ ਵੱਡੀ ਜਿਹੜੀ ਰੁਕਾਵਟ ਹੈ ਉਹ ਨਹੀਂ ਪੈਂਦੀ ਬਾਕੀ ਇੱਕ ਚੀਜ਼ ਜੋ ਤੁਸੀਂ ਲੋਨ ਅਪਲਾਈ ਕਰਨਾ ਮੂਤੋ ਦੇ ਵਾਸਤੇ ਤੁਸੀਂ ਇੱਕੀ ਜਰੂਰ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਜੇ ਤੁਹਾਡੀ ਜਿਹੜੀ ਏਜ ਹੈ ਅਗਰ ਜ਼ਿਆਦਾ ਲੱਗਦੀ ਹੈ ਜਿੱਦਾਂ ਕਿ 48 ਸਾਲ ਦੀ ਹੋ ਗਈ ਹੈ ਨਾ ਜਾਂਦੀ ਜਾਂ 50 ਦੀ ਲਾਗੇ ਪਹੁੰਚ ਚੁੱਕੇ ਹੋ ਜਿਹੜੇ ਘਰ ਦੇ ਵਿੱਚ ਰੈਜ਼ੀਡੈਂਸ ਹਨ ਉਹ ਵੀ ਜ਼ਿਆਦਾ ਹਨ ਤੇ ਫਿਰ ਤੁਸੀਂ ਕੀ ਕਰਨਾ ਹੈ ਉਸ ਟਾਈਮ ਜਿਹੜਾ ਲੋਨ ਤੁਹਾਡਾ ਜਲਦੀ ਤੋਂ ਜਲਦੀ ਪਾਸ ਹੋ ਸਕੇ ਉਹਦੇ ਵਾਸਤੇ ਆਪਾਂ ਇਸ ਨੂੰ ਇੱਕ ਇਦਾਂ ਕੀ ਬੈਸਟ ਸੋਲੂਸ਼ਨ ਇਹੀ ਹੈ ਕਿ ਤੁਸੀਂ ਜਿਹੜਾ ਲੋਨ ਹੈ ਜੀ ਜਿੱਦਾਂ ਕਿ ਬੈਂਕਾਂ ਨਾਰਮਲ ਤੌਰ ਤੇ 80% ਜਿਹੜਾ ਲੋਨ ਦਿੰਦੀਆਂ ਹਨ ਜਵਾਨ ਜਿਹੜੇ ਬੱਚੇ ਹੁੰਦੇ ਹਨ ਉਹਨਾਂ ਨੂੰ 100% ਵੀ ਮਿਲ ਜਾਂਦਾ ਹੈ ਪਰantu ਨਾਰਮਲ ਤੌਰ ਤੇ 80% ਜਿਹੜੀਆਂ ਬੈਂਕਾਂ ਲੋਨ ਦਿੰਦੀਆਂ ਹਨ ਤੁਸੀਂ ਕਰਨਾ ਕੀ ਹੈ ਇਹਦੇ ਵਿੱਚ ਤੁਸੀਂ ਬੈਂਕ ਨੂੰ ਇਹ ਕਹਿਣਾ ਹੈ ਕਿ ਸਾਨੂੰ ਜਿਹੜਾ ਹੈ ਜੀ ਲੋਨ 60% ਜਾਂ 70% ਦੇ ਦਿਓ ਤੁਸੀਂ ਮਤਲਬ ਆਪਣੇ ਤੌਰ ਤੇ ਜਿਹੜੀ ਬ੍ਰੋਕਰ ਵਗੈਰਾ ਵਿੱਚ ਪੈਂਦੀਆਂ ਨੇ ਬ੍ਰੋਕਰ ਨੂੰ ਜ਼ਰੂਰ ਵਿੱਚ ਪਾਉਣਾ ਹੈ ਸਿੱਧੀ ਗੱਲਬਾਤ ਕੋਈ ਵੀ ਨਹੀਂ ਕਰਨੀ ਬ੍ਰੋਕਰ ਤੁਹਾਨੂੰ ਕਿੱਥੋਂ ਲੱਭੇਗਾ ਜੇ ਇਸ ਏਜੰਸੀ ਨਾਲ ਤੁਸੀਂ ਘਰ ਦੀ ਗੱਲਬਾਤ ਕਰ ਰਹੇ ਹੋ ਉਹਨਾਂ ਏਜੰਸੀਆਂ ਦੇ ਕੋਲੇ ਬ੍ਰੋਕਰ ਵੀ ਹੁੰਦੇ ਹਨ ਬ੍ਰੋਕਰ ਦੇ ਜਿਹੜੇ ਸਬੰਧ ਬਹੁਤ ਬੈਂਕਾਂ ਦੇ ਨਾਲ ਹੁੰਦੇ ਹਨ ਤੁਸੀਂ ਉਸ ਨੂੰ ਸਾਰੀ ਸਿਚੁਏਸ਼ਨ ਦੱਸ ਦਿਓ ਜਿੰਨਾ ਤੁਸੀਂ ਮੈਕਸਿਮਮ ਪੈਸਾ ਉਸ ਨੂੰ ਦਿਖਾਓਗੇ ਉਨਾ ਹੀ ਵਧੀਆ ਉਸ ਨੂੰ ਕਹੋ ਕਿ ਸਪੀਸ ਜਿਹੜੇ ਹਨ ਤੁਸੀਂ ਆਪਣੇ ਪੱਲਿਓ ਦੇਣੇ ਹਨ ਤੇ ਹੋਰ ਵੀ ਜਿਹੜੀ ਪਰਸੈਂਟੇਜ ਹੈ ਲੋਨ ਦੀ ਘੱਟ ਲੈਣੀ ਹੈ ਇਹਦੇ ਨਾਲ ਜਿਹੜਾ ਲੋਨ ਪਾਸ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਟਾਈਮ ਜਿਹੜਾ ਉਸ ਤੋਂ ਬਾਅਦ ਕਿੰਨਾ ਕੁ ਲੱਗਦਾ ਹੈ ਤਕਰੀਬਨ ਇੱਕ ਇੱਕ ਮਹੀਨੇ ਦਾ ਟਾਈਮ ਜਿਹੜਾ ਹੈ ਜੀ ਬੈਂਕ ਲੈਂਦੀ ਜਦੋਂ ਤੁਹਾਡੇ ਡਾਕੂਮੈਂਟ ਬੈਂਕ ਦੇ ਵਿੱਚ ਜਮ੍ਹਾਂ ਹੁੰਦੇ ਨੇ ਕਈ ਵਾਰ ਤਾਂ ਬੈਂਕ 2 ਹਫ਼ਤਿਆਂ ਦੇ ਵਿੱਚ ਜਵਾਬ ਦੇ ਦਿੰਦੀ ਹੈ ਕਿ ਤੁਹਾਡਾ ਡਾਡਾ ਲੋਨ ਹੈ ਪਾਸ ਹੈ ਜਾਂ ਨਹੀਂ ਉਸ ਤੋਂ ਬਾਅਦ ਜਿਹੜੀ ਰੋਜੀ ਤੋਂ ਦੀ ਤਰੀਕ ਵੀ ਰੱਖ ਦਿੱਤੀ ਜਾਂਦੀ ਹੈ ਰੋਜੀ ਤੋਂ ਜਿਸ ਦਿਨ ਤੁਹਾਡਾ ਬੈਂਕ ਦੇ ਵਿੱਚ ਤੁਸੀਂ ਜਾਣਾ ਹੈ ਬ੍ਰੋਕਰ ਵੀ ਉੱਥੇ ਪਹੁੰਚਦਾ ਹੈ ਏਜੰਸੀ ਵਾਲੇ ਵੀ ਪਹੁੰਚਦੇ ਹਨ ਤੇ ਉਸ ਤੋਂ ਬਾਅਦ ਜਿਹੜਾ ਪਾਈਓ ਹੁੰਦਾ ਹੈ ਜਿਸ ਨੇ ਕਿ ਜਿਹੜਾ ਆਫੀਸਰ ਹੁੰਦਾ ਸਰਕਾਰੀ ਜਿਸ ਨੇ ਜਿਸ ਦੀ ਦੇਖ ਰੱਖ ਦੀ ਵਿੱਚ ਸਾਰਾ ਕੁਝ ਹੋਣਾ ਹੈ ਜਿਸ ਤੇ ਸਾਈਨ ਹੋਣੇ ਨੇ ਉਹ ਵੀ ਬੰਦਾ ਉੱਥੇ ਪਹੁੰਚਦਾ ਹੈ ਤੇ 15 ਦਿਨਾਂ ਦੇ ਵਿੱਚ ਹੀ ਕਈ ਵਾਰ ਰੋਜੀ ਤੋਂ ਜੁੜੀ ਹੈ ਜੀ ਉਹ ਬਣ ਜਾਂਦੀ ਹੈ ਤੇ ਮੌਕੇ ਦੇ ਉੱਤੇ ਤੁਹਾਨੂੰ ਜਿਹੜਾ ਪੇਪਰ ਦੇ ਦਿੱਤਾ ਜਾਂਦਾ ਹੈ ਪੈਸੇ ਜਿਹੜੇ ਤੁਸੀਂ ਬੈਂਕ ਤੋਂ ਲੈਣੇ ਹਨ ਉਹ ਸਿੱਧੇ ਹੀ ਤੁਹਾਡੇ ਅਕਾਊਂਟ ਵਿੱਚ ਆਉਂਦੇ ਹਨ ਤੇ ਬਿਨਾਂ ਕੁਝ ਕੀ ਆਪਣੇ ਆਪ ਉਸ ਮਾਲਕ ਦੇ ਅਕਾਊਂਟ ਦੇ ਵਿੱਚ ਪਹੁੰਚ ਜਾਂਦੇ ਹਨ ਜਿਸ ਦਾ ਘਰ ਹੁੰਦਾ ਹੈ। ਇਹ ਸੀ ਥੋੜਾ ਜਿਹਾ ਪ੍ਰੋਸੀਜਰ ਤੇ ਘਰ ਦੇ ਬਾਰੇ ਜਾਣਕਾਰੀ ਜਿਹੜੀ ਪੁੱਛੀ ਗਈ ਸੀ। ਹਾਂਜੀ ਹੁਣ ਚਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਦੇ ਉੱਤੇ ਨੈਕਸਟ ਖ਼ਬਰ ਜਿਹੜੀ ਆਪਣੀ ਇਸ ਤਰ੍ਹਾਂ ਹੈ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਦੇਖਿਆ ਹੋਵੇਗਾ ਕਿ ਕਈ ਵਾਰ ਜਿਹੜੇ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਉਹ ਯੂਰਪ ਦੇ ਬਾਕੀ ਦੇਸ਼ਾਂ ਦੇ ਵਿੱਚ ਆਉਂਦੇ ਹਨ ਕਈ ਵਾਰ ਉਹਨਾਂ ਦਾ ģੀੜਾ ਲੱਗਦਾ ਹੈ ਜਰਮਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ। ਇਟਲੀ ਦੇ ਵਿੱਚ ģੀੜਾ ਨਹੀਂ ਲੱਗਦਾ। ਇਸ ਚੀਜ਼ ਦਾ ਜਿਹੜਾ ਮੇਨ ਕਾਰਨ ਪਿੱਛੇ ਦੱਸਿਆ ਜਾਂਦਾ ਸੀ ਕਿ ਜਿਹੜੇ ਇਟਲੀ ਔਰ ਇੰਡੀਆ ਦੇ ਜਿਹੜੇ ਆਪਸੀ ਸਬੰਧ ਹਨ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹਨ ਇਹ ਸਬੰਧ ਉਦੋਂ ਖਰਾਬ ਹੋਏ ਸਨ ਜਦੋਂ 2007-8 ਦੀ ਗੱਲ ਹੈ ਜਦੋਂ ਦੋ ਜਿਹੜੇ ਨੇਵੀ ਦੇ ਬੰਦੇ ਜਿਹੜੇ ਕਿ ਇਟਲੀ ਦੇ ਸਨ ਜਿਨ੍ਹਾਂ ਨੇ ਭਾਰਤੀ ਮਸ਼ਵਾਰਿਆਂ ਨੂੰ ਗੋਲੀ ਮਾਰੀ ਸੀ ਤੇ ਉਸ ਟਾਈਮ ਉਹਨਾਂ ਨੂੰ ਫੜਿਆ ਗਿਆ ਸੀ ਤੇ ਉਹਨਾਂ ਦੀ وجہ ਦੇ ਨਾਲ ਦੋਨਾਂ ਦੇਸ਼ਾਂ ਦੇ ਜਿਹੜੇ ਸਬੰਧ ਸਨ ਉਹਦੇ ਵਿੱਚ ਚੰਗੀ ਖਟਾਸ ਆਈ ਸੀ ਹੁਣ ਜਿਹੜਾ G20 ਜਿਹੜਾ ਸ਼ਿਖਰ ਸੰਮੇਲਨ ਇੰਡੀਆ ਦੇ ਵਿੱਚ ਹੋਇਆ ਹੈ ਜਿਸ ਦੀ ਪ੍ਰਧਾਨਗੀ ਇਸ ਵਾਰ ਇੰਡੀਆ ਨੇ ਕੀਤੀ ਹੈ ਉਹਦੇ ਵਿੱਚ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਭਰੋਸੀਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਟਲੀ ਔਰ ਇੰਡੀਆ ਦੇ ਜਿਹੜੇ ਸਬੰਧ ਹਨ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਹੋ ਸਕਦੇ ਹਨ ਇਸ ਤੋਂ ਪਹਿਲਾਂ ਇਹ ਦੱਸੀਏ ਕਿ ਜਿਹੜੇ ਇਟਲੀ ਦੇ ਸਬੰਧ ਚਾਈਨਾ ਦੇ ਨਾਲ ਬਹੁਤ ਸੰਤ ਜਿਹੜੇ ਚਾਈਨਾ ਨੇ ਇੱਕ ਰੋਡ ਬਣਾਉਣੀ ਸੀ ਜਿਹੜੇ ਪੂਰੇ ਵਰਲਡ ਨੂੰ ਜੋੜਨ ਦੇ ਵਾਸਤੇ ਬਿਲਟ ਰੋਡ ਇਨੀਸ਼ੀਏਟਿਵ ਇਹ ਜਿਹੜੀ ਰੋਡ ਪਾਕਿਸਤਾਨ ਦੇ ਵਿੱਚੋਂ ਦੀ ਹੋ ਕੇ ਲੰਘਣੀ ਸੀ ਤੇ ਇਸ ਰੋਡ ਦੇ ਵਿੱਚੋਂ ਵੀ ਦੱਸਿਆ ਗਿਆ ਕਿ ਇਟਲੀ ਜਿਹੜਾ ਇਹ ਜੀ ਹੁਣ ਆਪਣਾ ਹੱਥ ਪਿੱਛੇ ਖਿੱਚ ਸਕਦਾ ਹੈ ਤਿੰਡੀਆਂ ਨੇ ਜਿਹੜਾ ਨਵਾਂ ਰੇਲ ਕੋਰੀਡੋਰ ਦੇ ਬਾਰੇ ਜਿਹੜਾ ਮਤਾ ਪਾਸ ਕੀਤਾ ਹੈ ਅੱਠ ਦਿਸ਼ਾਂ ਨੂੰ ਇਸ ਨੂੰ ਨਾਲ ਜੋੜਿਆ ਜਾਏਗਾ ਤੇ ਪੂਰੇ ਵਰਲਡ ਦੇ ਵਿੱਚ ਅਮਰੀਕਾ ਤੱਕ ਜਿਹੜੀ ਮਾਲ ਦੀ ਪਹੁੰਚ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇਟਲੀ ਵੀ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਦੇ ਸਕਦੀ ਹੈ ਬਾਕੀ ਨਾ ਸਬੰਧਾਂ ਦਾ ਜਿਹੜਾ ਅਸਰ ਹੈ ਜੀ ਜਿਹੜੇ ਇਟਲੀ ਦੇ ਵਿੱਚ ਇੰਡੀਅਨ ਲੋਕ ਰਹਿੰਦੇ ਹਨ ਉਹਨਾਂ ਦੇ ਉੱਤੇ ਵੀ ਸੁਭਾਵਿਕ ਹੈ ਕਿ ਅਸਰ ਪਵੇਗਾ ਹੋ ਸਕਦਾ ਹੈ ਕਿ ਇੰਡੀਅਨ ਦੇ ਵਸਤੂ ਜਿਹੜੀਆਂ ਕੁਝ ਨਾ ਕੁਝ ਸਹੂਲਤਾਂ ਜਾਂ ਕੁਝ ਰਹਿਤ ਜਿਹੜੀ ਹੈ ਜੇ ਇੱਥੇ ਦਿੱਤੀ ਜਾਵੇ ਇਹ ਜਿਹੜੇ ਕਿਆਸ ਲਾਏ ਜਾ ਰਹੇ ਹਨ ਘਲਕਲ ਇਹ ਮਰੱਕੋ ਦੀ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ ਜੀ ਤਕਰੀਬਨ 2000 ਤੋਂ ਉੱਪਰ ਚੱਲ ਰਹੀ ਹੈ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਜਿਵੇਂ ਜਿਵੇਂ ਮਲਬਾ ਹਟਾਇਆ ਜਾ ਰਿਹਾ ਹੈ ਓਵੇਂ ਓਵੇਂ ਜਿਹੜੇ ਹੋਰ ਹਿਊਮਨ ਬਾਡੀਜ਼ ਜਿਹੜੀਆਂ ਹਨ ਜੋ ਮਿਲ ਰਹੀਆਂ ਹਨ ਤੇ ਜਿਹੜੀ ਗਿਣਤੀ ਹੈ ਜੀ ਇਹ ਵੀ ਇੱਕ ਜਗ੍ਹਾ ਦੇ ਉੱਤੇ ਮਤਲਬ ਫਿਕਸ ਨਹੀਂ ਹੈ ਦੱਸਿਆ ਜਾ ਸਕਦਾ ਹੈ ਕਿ ਗਿਣਤੀ ਜਿਹੜੀ ਵਧਦੀ ਜਾ ਰਹੀ ਹੈ ਬਾਕੀ ਕੱਲ ਦੀ ਵੀਡੀਓ ਦੇ ਵਿੱਚ ਚੀਤਾ ਦੇ ਨਾਂਸੇ ਦੇ ਜਿਹੜੇ 10 ਫਾਇਦੇ ਤੁਹਾਨੂੰ ਦੱਸੇ ਸਨ ਇਹਦੇ ਬਾਰੇ ਇੱਕ ਹੋਰ ਜਿਹੜਾ ਸਵਾਲ ਪੁੱਛਿਆ ਗਿਆ ਉਹ ਵੀ ਸੀ ਕਿ ਵੀਰ ਕਹਿੰਦੇ ਹਨ ਕਿ ਜਿਨ੍ਹਾਂ ਦੇ ਕੋਲ ਚੀਤਾ ਦੀ ਨਾਸਾ ਹੈ ਕਿ ਉਹ ਜਰਮਨ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹਨ ਤਾਂ ਬਿਲਕੁਲ ਜਿਹੜਾ ਜੀ ਤੁਹਾਨੂੰ ਦੱਸਿਆ ਸੀ ਕੱਲ ਦੀ ਵੀਡੀਓ ਵਿੱਚ ਤੁਸੀਂ ਜਰਮਨ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਰਹਿ ਸਕਦੇ ਹੋ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਇਸ ਦੇ ਵਾਸਤੇ ਇਸ ਤਰ੍ਹਾਂ ਹੈ ਕਿ ਤੁਸੀਂ ਪਹਿਲਾਂ ਜਾ ਕੇ ਉੱਥੇ ਕੋਈ ਨੌਕੀ ਜਿਉ ਕੋਈ ਬੰਦਾ ਜਾਣ ਪਛਾਣ ਵਾਲਾ ਹੋਵੇ ਤੁਸੀਂ ਉਸ ਦੇ ਥਰੂ ਜਿਹੜਾ ਉੱਥੇ ਕੰਮ ਲੱਭ ਸਕਦੇ ਹੋ ਤੇ ਇਸ ਤੋਂ ਬਾਅਦ ਜਿਹੜਾ ਰੈਜ਼ੀਡੈਂਸ ਹੈ ਤੁਹਾਡਾ ਉਧਰ ਲਾ ਬਣ ਜਾਵੇਗਾ ਤੇ ਜਿਹੜਾ ਇਧਰੋਂ ਕਟ-ਆਫ ਰੈਜ਼ੀਡੈਂਸਾ ਹੋ ਜਾਵੇਗਾ ਹੁਣ ਨੈਕਸਟ ਕੋਰਤ ਜਾਣ ਤੋਂ ਪਹਿਲਾਂ ਜਿਹੜਾ ਯੂਰੋ ਦਾ ਰੇਟ ਹੈ ਜਿਉ ਵੀ ਦੇਖੀਏ ਕਿ ਵਧੀਆ ਹੈ ਜਾਂ ਘਟਿਆ ਹੈ ਕਿਉਂਕਿ ਇਸ ਚੀਜ਼ ਦਾ ਬਹੁਤ ਜਿਹੜੇ ਵੀਰ ਬੇ ਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ਯੂਰੋ ਦਾ ਰੇਟ 99 ਰੁਪਏ 5 ਪੈਸੇ ਚੱਲ ਰਿਹਾ ਹੈ ਥੋੜਾ ਜਿਹਾ ਰੇਟ ਹੈ ਜੀ ਇਸ ਤੋਂ ਘਟ ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਰੇਟ 90 ਤੋਂ ਉੱਪਰ ਚੱਲ ਰਿਹਾ ਸੀ ਇੰਗਲੈਂਡ ਦੀ ਇੱਕ ਪউন্ড ਦਾ ਰੇਟ 103 ਰੁਪਏ 61 ਪੈਸੇ ਕੈਨੇਡਾ ਦਾ ਇੱਕ ਡਾਲਰ ਜਿਹੜਾ ਕਾਫੀ ਥੱਲੇ ਚੱਲ ਰਿਹਾ 60 ਰੁਪਏ 85 ਪੈਸੇ ਦੇ ਉੱਤੇ ਅਮਰੀਕਨ ਡਾਲਰ 83 ਰੁਪਏ 12 ਪੈਸੇ ਆਸਟ੍ਰੇਲੀਆ ਦਾ ਡਾਲਰ 53 ਰੁਪਏ 7 ਪੈਸੇ ਤੇ ਨਿਊਜ਼ੀਲੈਂਡ ਦਾ ਡ ਬਾਕੀ ਕਈ ਵਾਰ ਕੀ ਹੁੰਦਾ ਕਿ ਆਪਾਂ ਲਿਫਟਾਂ ਵਗੈਰਾ ਦੇ ਵਿੱਚ ਬੈਠਦੇ ਹਾਂ ਬਹੁਤੀਆਂ ਬਿਲਡਿੰਗਾਂ ਦੇ ਵਿੱਚ ਲਿਫਟ ਵਗੈਰਾ ਲੱਗੀ ਹੁੰਦੀ ਆ ਚਨਸੂਰ ਜਿਸ ਨੂੰ ਆਪਾਂ ਕਹਿੰਦੇ ਹਾਂ ਤੇ ਕਈ ਲੋਕ ਇਸ ਦੇ ਵਿੱਚ ਬੈਠਣ ਤੋਂ ਡਰਦੇ ਵੀ ਹਨ ਤੇ ਕਈ ਕਹਿੰਦੇ ਹਨ ਕਿ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਇਹ ਜਿਹੜੀਆਂ ਬਿਲਕੁਲ ਸੇਫ ਹੁੰਦੀਆਂ ਹਨ ਪਰੰਤੂ ਇੱਥੇ ਇੱਕ ਚੀਜ਼ ਤੁਸੀਂ ਧਿਆਨ ਰੱਖਣਾ ਹੈ ਕਿ ਲਿਫਟ ਜਿਹੜੀ ਹੈ ਜੀ ਇਸ ਜਿਵੇਂ ਇੱਕ ਬਾਕਸ ਬਣਾਇਆ ਜਾਂਦਾ ਹੈ ਤੇ ਇਹ ਰੱਸੀਆਂ ਦੇ ਨਾਲ ਉੱਪਰ ਨੂੰ ਇਸ ਨੂੰ ਖਿੱਚਿਆ ਜਾਂਦਾ ਤਾਰਾਂ ਦੇ ਨਾਲ ਲੋਹੇ ਦੀਆਂ ਤਾਰਾਂ ਮੋਟਰਾਂ ਦੇ ਨਾਲ ਲੱਗੀਆਂ ਹੁੰਦੀਆਂ ਜਿਹੜੀਆਂ 100% ਇਹ ਵੀ ਸੇਫ ਨਹੀਂ ਹੁੰਦੀਆਂ ਹੁਣ ਜਿਹੜ ਉਹੀ ਇਸੇ ਤਰ੍ਹਾਂ ਹੋਇਆ ਇੱਕ ਇਮਾਰਤ ਜਿਹੜੀ ਕਿ ਠਾਣੇ ਦੇ ਵਿੱਚ ਸੀ ਮੁੰਬਈ ਦੇ ਨੇੜੇ 40 ਮੰਜਲਾ ਇੱਕ ਇਮਾਰਤ ਸੀ 40 ਮੰਜਲਾ ਇਮਾਰਤ ਦੇ ਵਿੱਚ ਇੱਕ ਲਿਫਟ ਲੱਗੀ ਹੋਈ ਸੀ ਜਿਹੜੀ ਕਿ ਡਿੱਗ ਪੈਂਦੀ ਹੈ ਉਤੋਂ ਇਹਦੇ ਵਿੱਚ ਦੱਸਿਆ ਗਿਆ ਕਿ 6 ਲੋਕਾਂ ਦੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਮੌਤ ਹੋਈ ਹੈ 5 ਲੋਕਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋਈ ਹੈ 2 ਜਿਹੜੇ ਬੰਦੇ ਸਨ ਇਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਜਾਇਆ ਗਿਆ ਜਿੱਥੇ ਕਿ ਇੱਕ ਬੰਦੇ ਹੋਰ ਦੀ ਰਾਸਤੇ ਵਿੱਚ ਹੀ ਡੈਥ ਹੋ ਜਾਂਦੀ ਹੈ ਬਾਕੀ ਇੱਕ ਜਾਣਕਾਰੀ ਵਾਸਤੇ ਇਹ ਵੀ ਦੱਸ ਜੀ ਕਿ ਜਿਹੜੀ ਬਿਲਡਿੰਗ ਸੀ ਅਜੇ ਤੱਕ ਕੰਪਲੀਟ ਨਹੀਂ ਹੋਈ ਸੀ ਛੱਤ ਉੱਤੇ ਜਿਹੜਾ ਕੰਮ ਚੱਲ ਰਿਹਾ ਸੀ ਵਾਟਰਪਰੂਫਿੰਗ ਦਾ ਉਸ ਟਾਈਮ ਜਦੋਂ ਹਾਦਸਾ ਵਾਪਰਦਾ ਜਿਹੜੇ ਮਜ਼ਦੂਰ ਸਨ ਜਿਹੜੇ ਕਿ ਉਸ ਟਾਈਮ ਆਪਣਾ ਕੰਮ ਵਗੈਰਾ ਪੂਰਾ ਕਰ ਚੁੱਕੇ ਸਨ ਤੇ ਵਾਪਸ ਉੱਪਰੋਂ ਥੱਲੇ ਆ ਰਹੇ ਸਨ ਉਦੋਂ ਜਿਹੜੀ ਲਿਫਟ ਦੀ ਤਾਰ ਟੁੱਟਦੀ ਹੈ ਬਾਕੀ ਸਾਡੇ ਵੱੱਲੇ ਵੀਰ ਕੀ ਕਰਦੇ ਨੇ ਕਿ ਜਿਨ੍ਹਾਂ ਦੇ ਕੋਲ ਅਕਾਊਂਟ ਵਗੈਰਾ ਇੱਥੇ ਹਨ ਇਟਲੀ ਦੇ ਵਿੱਚ ਜਿਹੜੇ ਬਿੱਲ ਵਗੈਰਾ ਹਨ ਅਕਾਊਂਟ ਹੋਣ ਦੇ باوجود ਉਹਨਾਂ ਨੂੰ ਡਾਕ ਖਾਨੇ ਦੇ ਵਿੱਚ ਜਾਣਾ ਪੈਂਦਾ ਹੈ ਆਪਣੇ ਬਿੱਲ ਪੇ ਕਰਨ ਦੇ ਵਾਸਤੇ ਜਾਂ ਕੋਈ ਬੋਨੀਫੀਕੋ ਕਰਨਾ ਹੈ ਕੋਈ ਕਿਰਾਇਆ ਦੇਣਾ ਹੈ ਤਾਂ ਉਹਨਾਂ ਨੂੰ ਬੈਂਕਾਂ ਦੇ ਚੱਕਰ ਲਾਉਣੇ ਪੈਂਦੇ ਹਨ ਜਿਹੜਾ ਕਿ ਇੱਕ ਬਹੁਤ ਹੀ ਔਖਾ ਕੰਮ ਹੈ ਸਮਾਂ ਵੀ ਇਸ ਦੇ ਵਿੱਚ ਬਰਬਾਦ ਹੁੰਦਾ ਹੈ ਹੁਣ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਾਂਗੇ ਕਿ ਇਸ ਚੀਜ਼ ਦਾ ਜਿਹੜਾ ਹੱਲ ਸਹੀ ਤਰੀਕੇ ਨਾਲ ਤੁਸੀਂ ਕੀ ਕਰ ਸਕਦੇ ਹੋ ਤੇ ਕੀ ਤੁਹਾਨੂੰ ਕਰਨਾ ਚਾਹੀਦਾ ਹੈ ਕੱਲ ਦੀ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਕਿ ਪੂਰੀ ਡਿਟੇਲ ਦੇ ਵਿੱਚ ਦੱਸੀਏ ਕਿਉਂਕਿ ਅੱਜ ਦੀ ਵੀਡੀਓ ਵਿੱਚ ਥੋੜੀ ਵੀਡੀਓ ਲੰਬੀ ਹੋ ਜਾਏਗੀ ਸੋ ਕੱਲ ਦੀ ਵੀਡੀਓ ਵਿੱਚ ਦੱਸਾਂਗੇ ਬਾਕੀ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ